ਜਿਵੇਂ ਜਿਵੇਂ ਹੋਲਾ ਮਹੱਲਾ ਨੇੜੇ ਆ ਰਿਹਾ ਹੈ, ਉਵੇਂ ਉਵੇਂ ਸ਼੍ਰੀ ਅਨੰਦਪੁਰ ਸਾਹਿਬ 'ਚ ਸੰਗਤਾਂ ਦੇਸ਼ ਵਿਦੇਸ਼ 'ਚੋਂ ਹੁੰਮ ਹੁਮਾ ਕੇ ਪੁੱਜ ਰਹੀਆਂ। ਇਸੇ ਦੇ ਚੱਲਦਿਆਂ ਜੰਡਿਆਲਾ ਗੁਰੂ ਨਜ਼ਦੀਕ ਪਿੰਡ ਤਰਸਿੱਕਾ 'ਚੋਂ ਵੀ ਸੰਗਤ ਸ਼੍ਰੀ ਅਨੰਦਪੁਰ ਸਾਹਿਬ 'ਚ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਈ ਅਤੇ ਇਹਨਾਂ ਟਰਾਲੀਆਂ ਵਿੱਚੋਂ ਇੱਕ ਟਰਾਲੀ ਅਤਿ ਆਧੁਨਿਕ ਸੁਵਿਧਾ ਨਾਲ ਲੈਸ ਸੀ, ਜੋ ਸਾਰਿਆਂ ਦੀ ਖਿੱਚ ਦਾ ਕੇਂਦਰ ਰਹੀ। ਟਰਾਲੀ ਵਿੱਚ ਜਿੱਥੇ LED ਲੱਗੀ ਹੋਈ ਸੀ, ਉੱਥੇ ਹੀ ਟਰਾਲੀ ਦੇ ਚਾਰੇ ਸਾਈਡਾਂ ਅਤੇ ਅੰਦਰ CCTV ਕੈਮਰੇ ਵੀ ਲਗਾਏ ਗਏ। ਇੱਥੇ ਹੀ ਬਸ ਨਹੀਂ, ਅੰਦਰ ਪੱਖਿਆਂ ਤੋਂ ਇਲਾਵਾ AC ਤੱਕ ਵੀ ਫਿੱਟ ਕੀਤੇ ਗਏ। ਇਸ ਦੇ ਨਾਲ ਮੋਬਾਈਲ ਚਾਰਜਰ ਅਤੇ ਵਾਈਫਾਈ ਵੀ ਲਗਾਇਆ ਗਿਆ। ਮੇਰਾ ਨਾਮ ਗੁਰਜੰਟ ਸਿੰਘ ਹੈ, ਪਿੰਡ ਸਾਡਾ ਤਰਸਿੱਕਾ ਹੈ ਜੀ। ਤਰਸਿੱਕੇ ਪਿੰਡ ਤੋਂ ਯਾਤਰਾ ਸ਼ੁਰੂ ਕੀਤੀ ਆ ਡਿਸਟ੍ਰਿਕਟ ਅੰਮ੍ਰਿਤਸਰ ਹੀ। ਇੱਥੋਂ ਅਸੀਂ ਅੰਮ੍ਰਿਤਸਰ ਸਾਹਿਬ, ਤਰਨ ਤਾਰਨ ਸਾਹਿਬ, ਬਠਿੰਡਾ, ਮੋਗਾ, ਮੁਕਤਸਰ, ਪਟਿਆਲਾ ਇਹ ਵਾਇਆ ਹੁੰਦੇ ਹੋਏ ਅਨੰਦਪੁਰ ਸਾਹਿਬ ਪਹੁੰਚਾਂਗੇ ਜੀ। ਸਾਰਾ ਪੰਜਾਬ ਦੀ ਯਾਤਰਾ, ਗੁਰੂ ਸਥਾਨਾਂ ਦੀ ਯਾਤਰਾ ਕਰਦੇ ਹੋਏ, ਦਰਸ਼ਨ ਕਰਦੇ ਹੋਏ ਪਹੁੰਚਾਂਗੇ। ਸੂਝ ਇਸ ਤਰ੍ਹਾਂ ਇਹ ਹੈ ਕਿ ਜੋ ਪੰਜਾਬ ਵਿੱਚ ਨਸ਼ਾ ਵੱਧ ਰਿਹਾ ਹੈ, ਉਸ ਨਸ਼ੇ ਨੂੰ ਵੇਖਦੇ ਹੋਏ ਕਿ ਜਿਹੜੇ ਨੌਜਵਾਨ ਨੇ ਉਹ ਸਾਡੇ ਵਾਂਗ ਇਸੇ ਤਰ੍ਹਾਂ ਟਰਾਲੀਆਂ ਤਿਆਰ ਕਰਕੇ ਅਨੰਦਪੁਰ ਸਾਹਿਬ ਪਹੁੰਚਣ। ਸੋ ਇਸ ਤਰ੍ਹਾਂ ਇਸ ਕਰਕੇ ਅਸੀਂ ਟਰਾਲੀ ਇਸ ਰਸਤੇ ਨੂੰ ਤੁਰੇ ਹਾਂ। ਖਰਚਾ ਲੱਖ ਦੇ ਤਕਰੀਬਨ ਆ ਜਾਂਦਾ ਜੀ। ਕਿੰਨਾ ਟਾਈਮ ਲੱਗਦਾ? 20 ਤੋਂ 25 ਦਿਨ ਦਾ ਟਾਈਮ ਲੱਗ ਜਾਂਦਾ ਟਰਾਲੀ ਤਿਆਰ ਕਰਨ। ਲੋਕਾਂ ਵਾਸਤੇ ਇਹੀ ਸੰਦੇਸ਼ ਆ ਕਿ ਜੇ ਨਸ਼ੇ ਨੂੰ ਤਿਆਗ ਕੇ ਹਰੇਕ ਵੀਰ ਆਪਣੇ ਜੋ ਪੋਕਟ ਮਨੀ ਹੁੰਦੀ ਆ ਉਹਨੂੰ ਸੇਵ ਕਰਕੇ ਇਸੇ ਤਰ੍ਹਾਂ ਸਾਰੇ ਜਾਣੇ ਇਕੱਠੇ ਹੋ ਕੇ ਸਹਿਯੋਗ ਦੇ ਨਾਲ ਟਰਾਲੀਆਂ ਤਿਆਰ ਕਰੋ, ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ। ਬਿਲਕੁਲ ਜੀ, ਸਾਰੇ ਵੀਰਾਂ ਦੇ ਆਪਣੇ ਜੋ ਸਹਿਯੋਗ ਦੇ ਨਾਲ ਤਿਆਰ ਟਰਾਲੀ। ਪਿਛਲੀ ਵਾਰ ਨਾਲੋਂ ਅਸੀਂ ਇੱਕ ਵਾਰ PVC ਵੱਧ ਲਾਈ ਹੋਈ ਆ ਉੱਪਰ, ਜੋ ਰੂਫਿੰਗ ਨੂੰ ਬਹੁਤ ਵਧੀਆ ਲੁੱਕ ਦਿੰਦੀ ਆ। ਸੋ ਮੈਟਿੰਗ ਬੜੀ ਵਧੀਆ ਕੀਤੀ ਹੋਈ ਆ, ਗੱਦੇ ਜਿਹੜੇ ਆ ਵਧੀਆ ਕੀਤੇ ਹੋਏ ਆ। ਸੋ ਕਿ ਪਿਛਲੀ ਨਾਲ ਨਾਲੋਂ ਚੀਜ਼ਾਂ ਬਹੁਤ ਵਧੀਆ ਵੱਧ ਲਾ ਦਿੱਤੀਆਂ। ਖਾਸੀਅਤ ਇਸ ਤਰ੍ਹਾਂ ਵਾ ਕਿ ਜੋ ਬਾਕੀ ਟਰਾਲੀਆਂ ਨੇ ਉਹ ਸਾਡੇ ਤੋਂ ਬਾਅਦ ਜਾ ਰਹੀਆਂ, ਅਸੀਂ ਪਹਿਲਾਂ ਤੋਂ ਜਾ ਰਹੇ ਹਾਂ ਗੁਰੂ ਘਰ ਦੇ ਦਰਸ਼ਨ ਕਰਨ, ਤਾਂ ਡਿਫਰੈਂਸ ਅਸੀਂ ਕਿਸੇ ਨਾਲ ਕੰਪੈਰੀਜ਼ਨ ਤਾਂ ਨਹੀਂ ਕਰਦੇ। ਸੋ ਇੱਦਾਂ ਹੈ ਕਿ ਟਰਾਲੀਆਂ ਤਿਆਰ ਹੋਰ ਵੀ ਜਾ ਰਹੀਆਂ, ਵੇਖ ਲਈ ਦੀਆਂ। ਕਿੰਨਵੀਂ ਯਾਤਰਾ ਤੁਹਾਡੀ? ਸਾਡੀ 7ਵੀਂ ਸਾਲਾਨਾ ਯਾਤਰਾ ਜੀ। ਕਿੰਨਾ ਟਾਈਮ ਲੱਗੂਗਾ ਪਹੁੰਚਣ 'ਚ ਅਨੰਦਪੁਰ ਸਾਹਿਬ? 13 ਤੋਂ 14 ਦਿਨ ਦੀ ਯਾਤਰਾ ਜੀ। ਤੁਮੇ ਛਾਡ ਕੋਈ ਅਵਰ ਨਾ ਧਿਆਓ, ਜੋਬਰ ਚਾਹੋ ਸੋ ਤੁਮ 'ਤੇ ਪਾਓ। ਸਤਿਗੁਰ ਸੱਚੇ ਪਾਤਸ਼ਾਹ ਆਨੰਦਪੁਰੀ ਦੇ ਵਾਸੀ ਆ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ। ਇਹ ਨੌਜਵਾਨ ਸਭਾ ਆਪਦੇ ਚਰਨਾਂ ਦੇ ਵਿੱਚ ਹਾਜ਼ਰੀ ਭਰਨ ਵਾਸਤੇ ਆਪਦੇ ਮੇਲੇ 'ਤੇ ਆ ਰਹੀ ਆ। ਸਤਿਗੁਰ ਸੱਚੇ ਪਾਤਸ਼ਾਹ ਇਹ ਨੌਜਵਾਨਾਂ ਨੂੰ ਆਪਦੇ ਦਰ ਘਰ ਤੋਂ ਨਾਮਦਾਨ ਪੂਰਨ ਗੁਰਸਿੱਖੀ ਜੀਵਨਦਾਨ ਬਖਸ਼ਿਸ਼ ਕਰੀ। ਸਤਿਗੁਰ ਸੱਚੇ ਪਾਤਸ਼ਾਹ ਇਹ ਨੌਜਵਾਨ ਸਭਾ ਜਿਹੜੀ ਤੇਰੇ ਚਰਨਾਂ ਦੇ ਵਿੱਚ ਜਿੱਥੇ ਹਾਜ਼ਰੀਆਂ ਭਰਨ ਵਾਸਤੇ ਆ ਰਹੀ ਆ, ਉੱਥੇ ਇੱਕ ਨੌਜਵਾਨ ਜਿਹੜਾ ਪੰਜਾਬ ਦਾ ਉਹਨੂੰ ਸੰਦੇਸ਼ਾ ਦੇਣ ਵਾਸਤੇ ਵੀ ਇਹ ਸਾਰੇ ਪੰਜਾਬ ਦੇ ਵਿੱਚੋਂ ਦੀ ਹੁੰਦਿਆਂ ਆ, ਇੱਥੋਂ ਚੱਲ ਕੇ ਤਰਸਿੱਕੇ ਪਿੰਡ ਤੋਂ ਟਰਾਲੀ ਚੱਲ ਕੇ ਸਾਰੇ ਵੀਰ ਇਕੱਤਰ ਹੋ ਕੇ ਦੇਵੀਦਾਸਪੁਰ ਪਿੰਡ ਸਰ ਸਕੱਤਰ ਸਿੰਘ ਜੀ ਦੇ ਗ੍ਰਹਿ ਵਿਖੇ ਵੀ ਸਾਰਾ ਪਰਿਵਾਰ ਵੀ ਸਾਰਾ ਨਾਲ ਜਾ ਰਿਹਾ, ਔਰ ਇੱਥੋਂ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਤਰਨ ਤਾਰਨ ਸਾਹਿਬ, ਇੱਥੋਂ ਅੱਗੇ ਸਾਹਿਬੋ ਕੀ ਤਲਵੰਡੀ ਸ਼੍ਰੀ ਦਮਦਮਾ ਸਾਹਿਬ, ਸਾਰੇ ਗੁਰਧਾਮਾਂ ਅਤੇ ਗੁਰਦੁਆਰਿਆਂ ਦੀ ਸੇਵਾ ਔਰ ਦਰਸ਼ਨ ਦਦਾਰੇ ਕਰਦੇ ਇਹ ਸ਼੍ਰੀ ਅਨੰਦਪੁਰ ਸਾਹਿਬ ਜਾ ਕੇ ਪਹੁੰਚਦੇ ਹੋਲੇ ਮਹੱਲੇ ਦੇ। ਉੱਥੇ 3 ਤੋਂ 4 ਦਿਨ ਉੱਥੇ ਵੀ ਇਹ ਖੜ੍ਹ ਕੇ ਜਿਹੜੀ ਇਹ ਸੇਵਾ ਕਰਦੇ ਆ ਅਤੇ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਸੰਦੇਸ਼ਾ ਦਿੰਦੇ ਆ। ਸਤਿਗੁਰ ਸੱਚੇ ਪਾਤਸ਼ਾਹ ਇਹਨਾਂ ਦੇ ਸੀਸ 'ਤੇ ਮਿਹਰ ਭਰਿਆ ਹੱਥ ਰੱਖ ਕੇ ਇਹ ਸੇਵਾ ਲਵੀਂ, ਔਰ ਜਿਹੜੇ ਤੇਰੇ ਸਿੱਖ ਨੌਜਵਾਨ ਜਾਂ ਹੋਰ ਪੰਜਾਬੀ ਨੌਜਵਾਨ ਨਸ਼ੇ ਦੀ ਲਹਿਰ ਦੇ ਵਿੱਚ ਇਹ ਡੁੱਬਦੇ ਜਾਂਦੇ ਆ, ਉਹਨਾਂ ਨੂੰ ਇਹਨਾਂ ਦੀ ਸੇਵਾ ਲਾਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਤੇਰੇ ਦਰ ਘਰ ਤੋਂ ਮੈਂ ਸਮਝਦਾ, ਔਰ ਇਹਨਾਂ ਦੇ ਮਿਹਰ ਭਰਿਆ ਹੱਥ ਰੱਖ ਕੇ ਸੰਦੇਸ਼ਾ ਦਿੰਦੇ ਰਹਿਣ, ਔਰ ਨੌਜਵਾਨਾਂ ਨੂੰ ਅਤੇ ਪੰਜਾਬ ਨੂੰ ਅਤੇ ਪੰਜਾਬੀਅਤ ਨੂੰ ਇਹ ਬਚਾਉਣ ਦੀ ਸੇਵਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਯਾਤਰਾ ਹਰ ਸਾਲ ਇਸੇ ਤਰ੍ਹਾਂ ਹੁੰਮ ਹੁਮਾ ਕੇ ਹਲਕਾ ਜੰਡਿਆਲਾ ਗੁਰੂ ਤੋਂ ਰਵਾਨਾ ਹੁੰਦੀ ਹੈ, ਅਤੇ ਅਤਿ ਆਧੁਨਿਕ ਸੁਵਿਧਾ ਨਾਲ ਤਿਆਰ ਕੀਤੀ ਇਹ ਟਰਾਲੀ ਯਾਤਰਾ ਦਾ ਹਿੱਸਾ ਬਣਦੀ ਹੈ ਅਤੇ ਸਾਰਿਆਂ ਦੀ ਖਿੱਚ ਦਾ ਕੇਂਦਰ ਵੀ ਰਹਿੰਦੀ ਹੈ। ਬਿਊਰੋ ਰਿਪੋਰਟ, ਲਿਵਿੰਗ ਇੰਡੀਆ ਨਿਊਜ਼। ਕੀ ਤੁਸੀਂ 12ਵੀਂ 2015, 2016 ਜਾਂ 2017 'ਚ ਪਾਸ ਕੀਤੀ ਹੈ? ਤੁਹਾਨੂੰ ਲੱਗਦਾ ਤੁਹਾਡਾ ਪੜ੍ਹਾਈ ਤੋਂ ਬਾਅਦ ਗੈਪ ਪੈ ਗਿਆ ਅਤੇ ਰਿਜੈਕਸ਼ਨ ਹੋਣ ਦੇ ਡਰ ਤੋਂ ਤੁਹਾਡਾ ਕੈਨੇਡਾ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਪੂਰਾ ਨਹੀਂ ਹੋ ਪਾ ਰਿਹਾ? ਹੁਣੇ ਫੋਨ ਚੱਕੋ, ਆਪਣੀ ਅਪੁਆਇੰਟਮੈਂਟ ਬੁੱਕ ਕਰੋ ਅਤੇ ESS ਗਲੋਬਲ ਦੇ ਕੈਨੇਡਾ ਸੈਮੀਨਾਰ ਦਾ ਹਿੱਸਾ।